ਵਲਟੋਹਾ ਸਾਹਿਬ ਕੀ ਪਲੈਨਿੰਗ ਕਰਕੇ ਇੱਥੇ ਡਟੇ ਹੋ? ਦੇਖੋ ਜੀ, ਹੁਣ ਤਾਂ ਸਿਰੋਂ ਪਾਣੀ ਲੰਘ ਗਿਆ। ਅੱਤ ਤੇ ਖੁਦਾ ਦਾ ਵੈਰ ਬਹੁਤ ਜ਼ਿਆਦਾ ਹੁੰਦਾ ਹੈ। ਜਦੋਂ ਦੀ ਕਾਂਗਰਸ ਸਰਕਾਰ ਆਈ ਹੈ, ਅਸੀਂ ਦੇਖ ਰਹੇ ਹਾਂ ਕਿ ਇਹਨਾਂ ਨੇ ਹਰ ਪਾਸੇ ਸਿਰਫ ਤੇ ਸਿਰਫ ਪੈਸੇ ਨੂੰ ਹੀ ਪਹਿਲ ਦਿੱਤੀ ਹੈ। ਪਹਿਲਾਂ ਵੀ ਘਪਲੇਬਾਜ਼ੀ, ਚਾਹੇ ਰੇਤਾ ਬਜਰੀ ਦਾ ਘਪਲਾ ਹੋ ਗਿਆ, ਚਾਹੇ ਇਹ ਸਕਾਲਰਸ਼ਿਪ ਦਾ ਘਪਲਾ ਹੋ ਗਿਆ, ਹੁਣ ਤਾਂ ਰੱਬ ਭੁਲਾਉਣ ਵਾਲੀ ਇਹਨਾਂ ਨੇ ਗੱਲ ਕਰ ਦਿੱਤੀ। ਵੈਕਸੀਨੇਸ਼ਨ ਦਾ ਜੋ ਇਹਨਾਂ ਨੇ ਘਪਲਾ ਕੀਤਾ ਵਾ, ਵੈਕਸੀਨੇਸ਼ਨ ਦੇ ਵਿੱਚੋਂ ਇਹਨਾਂ ਨੇ ਕਮਾਈ ਕੀਤੀ ਹੈ। ਮੈਂ ਸਮਝਦਾ ਕਿ ਇਹਨਾਂ ਨੇ ਸਾਡੇ ਲੋਕਾਂ ਦੇ ਨਾਲ, ਸਾਡੇ ਪੰਜਾਬੀਆਂ ਦੇ ਨਾਲ, ਸਾਡੀ ਜਾਨ ਦੇ ਨਾਲ ਖਿਲਵਾੜ ਇਹਨਾਂ ਨੇ ਕੀਤੀ ਹੈ। ਅੱਜ ਦਾ ਜੋ ਸਨੈਰੀਓ ਸੀ, ਅਸੀਂ ਵੇਖਿਆ ਕਿ ਕਾਫੀ ਅਜਿਹੇ ਪਰਿਵਾਰ ਸੀ ਜਿਨ੍ਹਾਂ ਨੂੰ ਵੈਕਸੀਨੇਸ਼ਨ ਨਹੀਂ ਪ੍ਰੋਵਾਈਡ ਹੋ ਸਕੀ, ਔਰ ਉਸ ਦਾ ਸਭ ਤੋਂ ਵੱਡਾ ਕਾਰਨ ਇਹੀ ਸੀ ਕਿਉਂਕਿ ਇਹ ਅੱਗੇ ਜਾ ਕੇ ਜਿਹੜੇ ਵੈਕਸੀਨੇਸ਼ਨ ਸੀ 1400-1400 ਦੇ ਤੇ ਮਿਲਦੇ ਸੀ, ਹੁਣ ਆਮ ਬੰਦਾ ਉਹ ਕਿੱਥੋਂ ਕਰ ਲੈਂਦਾ, ਗਰੀਬ ਬੰਦਾ ਕਿੱਥੋਂ ਕਰ ਲੈਂਦਾ। ਸੈਕਿੰਡ ਵੇਵ ਦੇ ਵਿੱਚ ਇਸੇ ਕਾਰਨ ਵੱਡੀ ਤਾਦਾਦ ਦੇ ਵਿੱਚ ਲੋਕਾਂ ਦੀਆਂ ਮੌਤਾਂ ਹੋਈਆਂ। ਅੱਜ ਆਪਾਂ 15 ਤਰੀਕ ਨੂੰ ਇਕੱਠੇ ਹੋਏ ਹਾਂ। ਅੱਜ ਤੋਂ ਪਹਿਲਾਂ 7 ਤਰੀਕ ਨੂੰ ਇੱਕ ਐਜੀਟੇਸ਼ਨ ਅਜਿਹਾ ਆਯੋਜਿਤ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ, ਔਰ ਕਿਹਾ ਗਿਆ ਸੀ ਕਿ ਜਿਹੜੇ ਦੋਸ਼ੀ ਨੇ ਉਹਨਾਂ ਖਿਲਾਫ਼ ਕਾਰਵਾਈ ਹੋਏ, ਜਿਹੜਾ ਦੋਸ਼ੀ ਮੰਤਰੀ ਬਲਬੀਰ ਸਿੰਘ ਸਿੱਧੂ ਉਹਦੇ ਖਿਲਾਫ਼ ਵੀ ਕਾਰਵਾਈ ਹੋਵੇ। ਅੱਜ 15 ਤਰੀਕ ਹੋ ਗਈ ਹੈ, ਅਜੇ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਡਟ ਕੇ ਇਸ ਸਰਕਾਰ ਦੀ ਜਿਹੜੀ ਨਾਕਾਮਯਾਬੀ ਔਰ ਇਸ ਸਰਕਾਰ ਨੇ ਜੋ ਰੱਪ ਲਾਇਆ ਉਸ ਦੇ ਖਿਲਾਫ਼ ਐਜੀਟੇਸ਼ਨ ਅੱਜ ਕਰ ਰਹੇ। ਤੁਸੀਂ ਪੂਰਾ ਹਿਸਾਬ ਲੈ ਕੇ ਜਾਓਗੇ ਜਾਂ ਜਿਵੇਂ ਮੋਹਾਲੀ ਵਿੱਚ ਹੋਇਆ ਸੀ ਧਰਨਾ, ਬਸ ਧਰਨਾ ਸਥਲ ਤੋਂ ਉੱਠ ਗਏ ਸੀ ਕਿ ਅੱਜ ਉੱਥੋਂ ਧਰਨਾ ਮੁੱਕ ਜਾਏਗਾ ਕਿ ਇੱਧਰ ਅੱਗੇ ਵਧਿਆ ਜਾਵੇ? ਅੱਗੇ ਤੱਕ ਜਾਵਾਂਗੇ ਜੀ। ਸਾਡਾ ਦੇਖੋ, ਅਸੀਂ ਅਲਟੀਮੇਟਮ ਦਿੱਤਾ।